करतारपुर कॉरिडोर के इमिग्रेशन सेंटर पर 7 दिसंबर को अफरा तफरी मच गई, जब एक शख्स पाकिस्तान की तरफ जाने लगा, जिसके बाद पुलिस ने उसे पकड़कर जांच शुरू कर दी है। जांच में पता चला कि वह अमेरिका से आया है और जिसका नाम अमृतपाल सिंह है, जो करतारपुर गुरु नानक देव के शाजदा के लिए पाकिस्तान जाने लगा। अमृत नाम का बंदा सी, यूएसए का बॉर्न है। ਇਹ ਆਪਣਾ ਜਿੱਦਾਂ ਰੂਟੀਨ 'ਚ ਅਪਲਾਈ ਕੀਤਾ ਸੀ, ਇਹਨੇ ਅਪਲਾਈ ਕਰਕੇ ਉਹਨੂੰ ਮੈਸੇਜ ਵੀ ਆ ਗਿਆ। ਮੈਸੇਜ ਦੇ ਵਿੱਚ ਇਹਨੂੰ ਹੋ ਸਕਦਾ ਨਾ ਪੜਿਆ ਹੋਇਆ ਹੋਵੇ, ਇਹਦੇ ਕੋਲੋਂ ਉਹ ਨੋਟ ਰਿਕਮੈਂਡ ਸੀ, ਕਿਸੇ ਕਾਰਨ ਕੋਈ ਫੋਰਮੈਲਿਟੀ ਰਹਿ ਗਈ ਹੋਣੀ। ਇਹ ਉੱਥੇ ਚਲੇ ਗਿਆ, ਉੱਥੇ ਜਾ ਕੇ ਇਹਨੇ ਰੂਟੀਨ ਦੇ ਵਿੱਚ ਕਾਗਜ਼ ਪੱਤਰ ਦਿਖਾਏ, ਉਹਨਾਂ ਨੇ ਇਹਨੂੰ ਨਾ ਕਰਤੀ। ਅਤੇ ਉਹਨੇ ਫਿਰ ਦੁਬਾਰਾ ਕਿਸੇ ਨੂੰ ਪੁੱਛਣ ਦੀ ਬਜਾਏ ਨਾ ਹੋਰ ਕਿ ਬਈ ਅੱਗੇ ਜਾ ਕੇ ਮੈਂ ਹੋਰ ਪੁੱਛਦਾ, ਉਹ ਦੂਜੇ ਗੇੜ 'ਚ ਨਹੀਂ ਜਾ ਕੇ ਅੱਗੇ ਚਲੇ ਗਿਆ ਅਗਲੇ ਜਿਹੜਾ ਕਾਊਂਟਰ ਹੈ। ਉਸ ਕਾਊਂਟਰ 'ਤੇ ਉਹਨੂੰ ਇਤਰਾਜ਼ ਜਤਾਇਆ ਵੀ ਤੂੰ ਇੱਧਰ ਕਿਉਂ ਕਰਨਾ ਆਇਆ। ਇਸ ਕਰਕੇ ਉਹਨਾਂ ਨੇ ਸ਼ੱਕ ਜ਼ਾਹਿਰ ਕਰਕੇ ਸਾਨੂੰ ਜਿਹੜਾ ਬੰਦਾ ਸਾਡੇ ਡੇਰਾ ਬਾਬਾ ਨਾਨਕ ਦੇ SHO ਅਤੇ DSP ਦੇ ਹਵਾਲੇ ਕਰਤਾ ਸੀ, ਉਹਦੇ ਨਾਲ ਅਸੀਂ ਸਾਰੀ ਪੁੱਛਗਿੱਛ ਕੀਤੀ। ਉਹਦੇ ਬੈਕਗਰਾਊਂਡ ਵੀ ਦੇਖੀ, ਇਹ ਸਾਹਨੇਵਾਲ ਦਾ ਰਹਿਣ ਵਾਲਾ ਸੀ, ਉਹਦੀ ਕੋਈ ਬੈਕਗਰਾਊਂਡ ਇੰਨੀ ਉਹਦੀ ਬੈਕਗਰਾਊਂਡ ਵੀ ਗਲਤ ਨਹੀਂ ਸੀ ਹੈਗੀ। ਉਹਨੂੰ ਸਾਰਾ ਵੈਰੀਫਾਈ ਕਰਕੇ ਪੁੱਛਗਿੱਛ ਕਰਕੇ ਉਹਨੂੰ ਫਰ ਕਰਤਾ ਸੀ। दरअसल अमृतपाल सिंह के डॉक्यूमेंट पूरे नहीं होने के चलते उसे जाने की इजाज़त नहीं मिली थी, लेकिन इसके बावजूद वे सेंटर से बाहर पाकिस्तान की तरफ जाने लगा। फिलहाल पुलिस ने जांच पड़ताल करने के बाद उसे छोड़ दिया है। गुरदासपुर से न्यूज़ के लिए गुरप्रीत की रिपोर्ट।